ਚੰਡੀਗੜ੍ਹ ਆ ਰਹੇ ਸੀਗੇ ਤੇ ਸਾਹਮਣੇ ਇੱਕ ਲੀਡਰ ਬੈਠਾ ਸੀਗਾ ਗਾਣਾ ਮੇਰਾ ਅੱਧ ਚੋਂ ਬੰਦ ਕਰਵਾ ਦਿੱਤਾ ਇੱਕ ਹੀ ਮੈਂ ਗਾਣਾ ਸੀ ਮੇਰਾ ਉਹਨਾਂ ਨੇ ਸਿਰਫ ਗਲਤੀਆਂ ਕੱਢੀਆਂ ਮੇਰੀਆਂ ਮੈਂ ਫੇਰ ਹੂੰ ਮੈਂ ਬਾਈ ਤੂੰ ਮਜ਼ਾਕ ਕਰ ਰਿਹਾ ਉਹ ਮੈਨੂੰ ਗੁੱਸੇ ਨਾਲ ਬੋਲੇ ਜਿੰਨੇ ਵੀ ਰਿਸ਼ਤੇਦਾਰ ਸੀ ਕਹਿੰਦੇ ਵੀ ਯਾਰ ਬਹੁਤ ਹੋ ਗਿਆ ਵੀ ਹੁਣ ਤੂੰ ਨਾ ਕਰ ਇੱਕ ਸਭ ਤੋਂ ਵੱਡਾ ਜਿਹੜਾ ਘਾਟਾ ਪਿਆ ਮੈਨੂੰ ਨੀ ਤੁਹਾਡਾ ਪਿੱਟ ਬੁੱਲ ਮੇਰੇ ਪਿੱਛੇ ਪੈ ਗਿਆ ਭਾਬੀ ਖੜੀ ਸੀ ਵੇ ਚੋਰ ਚੋਰ ਕਹਿਣਾ ਪੈ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਤਵੀਰ ਸੱਤੀ ਅਤੇ ਤੁਸੀਂ ਵੇਖ ਰਹੇ ਹੋ ਚੈਨਲ ਸਤਰੰਗ ਦਾ ਪ੍ਰੋਗਰਾਮ ਸਤਰੰਗ ਸੈਲੀਬ੍ਰਿਟੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਸਤਰੰਗ ਸੈਲੀਬ੍ਰਿਟੀ ਦੇ ਵੀ ਤੁਹਾਨੂੰ ਨਵੀਂ ਨਵੀਂ ਸੈਲੀਬ੍ਰਿਟੀਜ਼ ਦੇ ਰੂਬਰੂ ਕਰਵਾਉਂਦੇ ਹਾਂ ਅਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਇੱਕ ਬਹੁਤ ਹੀ ਘੈਂਟ ਇਨਸਾਨ ਮੌਜੂਦ ਨੇ ਉਹ ਘੈਂਟ ਇਨਸਾਨ ਹੋਣ ਦੇ ਨਾਲ ਨਾਲ ਇੱਕ ਬਹੁਤ ਵਧੀਆ ਸਿੰਗਰ ਵੀ ਨੇ ਅਤੇ ਉਹ ਸਿੰਗਰ ਨੇ ਜਿਨ੍ਹਾਂ ਦੇ ਕਿ ਗਾਣੇ ਸੁਣ ਕੇ ਹਰ ਇੱਕ ਇਨਸਾਨ ਦੇ ਮੂੰਹ ਦੇ ਉੱਤੇ ਸਮਾਈਲ ਆ ਜਾਂਦੀ ਹੈ ਸੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਮੈਂ ਸਵਾਗਤ ਕਰਦਾ ਜੀ ਸੱਤ ਢਿੱਲੋਂ ਬਾਈ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਸਤਰੰਗ ਵੇਖ ਰਹੇ ਸਾਰੀ ਆਡੀਅੰਸ ਦਾ ਧੰਨਵਾਦ ਕਰਦੇ ਹਾਂ ਥੈਂਕ ਯੂ ਪਰ ਬਾਈ ਜੀ ਕਿਵੇਂ ਚੱਲ ਰਹੀ ਹੈ ਲਾਈਫ ਵਧੀਆ ਜੀ ਬਿਲਕੁਲ ਠੀਕ ਠਾਕ ਵਧੀਆ ਪਹਿਲਾਂ ਤਾਂ ਮੁਬਾਰਕਾਂ ਬਹੁਤ ਬਹੁਤ ਨਵੇਂ ਗਾਣੇ ਸ਼ਕਤੀਮਾਨ ਵਾਸਤੇ ਥੈਂਕ ਯੂ ਬਾਈ ਜੀ ਥੈਂਕ ਯੂ ਸਾਰੀ ਆਡੀਅੰਸ ਦਾ ਵੀ ਜਿਹੜੇ ਸਾਡੇ ਗਾਣੇ ਪ੍ਰਵਾਨ ਕਰ ਰਹੇ ਨੇ ਸਾਰੇ ਪਾਸੇ ਮਤਲਬ ਕਿ ਟ੍ਰੈਂਡਿੰਗ ਚੱਲ ਰਿਹਾ ਪੂਰਾ ਲੋਕਾਂ ਦੇ ਦਿਲਾਂ ਦੇ ਵਿੱਚ ਆਇਆ ਹੋਇਆ ਹੈ ਨਾ ਥੈਂਕ ਯੂ ਬਾਈ ਪਹਿਲਾਂ ਵਾਲੇ ਗਾਣੇ ਵਾਂਗ ਪੂਰਾ ਬਿਲਕੁਲ ਤੇ ਆਪਾਂ ਹੁਣ ਸ਼ਕਤੀਮਾਨ ਦੀ ਗੱਲ ਕੀਤੀ ਹੈ ਤਾਂ ਸ਼ਕਤੀਮਾਨ ਦੀ ਟੀਮ ਬਾਰੇ ਥੋੜ੍ਹਾ ਜਿਹਾ ਦੱਸ ਦਿਓ ਗਾਣੇ ਸ਼ਕਤੀਮਾਨ ਜਿਹੜਾ ਗਾਣਾ ਲਿਖਿਆ ਵਿੱਕੀ ਸਿੱਧੂ ਸਾਡੇ ਨਾਲ ਹੀ ਪਿੰਡ ਹੈ ਜੀ ਲਿਖਿਆ ਉਹਨਾਂ ਨੇ ਅਤੇ ਬਾਈ ਕੇ ਵੀ ਸਿੰਘ ਦਾ ਮਿਊਜ਼ਿਕ ਜੀ ਜਸ ਰਿਕਾਰਡ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਜੀ ਕੀ ਬਾਤ ਹੈ ਜੀ ਹੁਣ ਆਪਾਂ ਗਾਣੇ ਦੀਆਂ ਦੋ ਲਾਈਨਾਂ ਸੁਣ ਲਈਏ ਬਿਲਕੁਲ ਜੀ ਘਰ ਸੱਦ ਕੇ ਜੱਟੀਏ ਮਾੜੀ ਕੀਤੀ ਸੋਰੀ ਬਾਬਾ ਸੋਰੀ ਵੇ ਜੇ ਹੱਥ ਕਿਤੇ ਮੈਂ ਆ ਜੇ ਜਾਂਦਾ ਉਹ ਲਾ ਦਿੰਦੇ ਤੇਰੀ ਤੌੜੀ ਵੇ ਨੀ ਹੱਥ ਕਿਤੇ ਮੈਂ ਆ ਜੇ ਜਾਂਦਾ ਲਾ ਦਿੰਦੇ ਤੇਰੀ ਤੌੜੀ ਵੇ ਦੱਸ ਫਿਰ ਕੀ ਹੋਇਆ ਵੇ ਦੱਸ ਫਿਰ ਕੀ ਹੋਇਆ ਵੇ ਮਰਵਾ ਤਾ ਸੀ ਨੀ ਹੀਰੇ ਵੇ ਤੂੰ ਸ਼ਕਤੀਮਾਨ ਬਣ ਗਿਆ ਪਿੱਛੇ ਪੈ ਗਏ ਸੀ ਤੇਰੇ ਵੀਰੇ ਵੇ ਤੂੰ ਸ਼ਕਤੀਮਾਨ ਬਣ ਗਿਆ ਪਿੱਛੇ ਪੈ ਗਏ ਸੀ ਮੇਰੇ ਸਾਲੇ ਕਿਆ ਬਾਤ ਹੈ ਭਾਈ ਬਹੁਤ ਵਧੀਆ ਥੈਂਕ ਯੂ ਅੱਜ ਕੱਲ੍ਹ ਪੂਰਾ ਯੂਥ ਵਾਸਤੇ ਹੈ ਨਾ ਗਾਣਾ ਅਤੇ ਗਾਣੇ ਦਾ ਟਾਈਟਲ ਕਿਵੇਂ ਦਿਮਾਗ 'ਚ ਆਇਆ ਸ਼ਕਤੀਮਾਨ ਬਹੁਤ ਪੁਰਾਣਾ ਸੀਰੀਅਲ ਕਿੱਥੋਂ ਤੁਸੀਂ ਮੁੱਦਾ ਚੱਕ ਕੇ ਸਾਹਮਣੇ ਲਿਆਉਂਦਾ ਇਹ ਰਾਈਟਰ ਨੇ ਮੇਰਾ ਜਦੋਂ ਪਿੱਟਬੋਲ ਜਿਹੜਾ ਵਨ ਆਇਆ ਸੀਗਾ ਜੀ ਉਹਦਾ ਪੂਰਾ ਹਿੱਟ ਸੁਪਰ ਡੁਪਰ ਇਹ ਵੀ ਗਾਣਾ ਮਤਲਬ ਕਿ ਪਰ ਪਿੱਟਬੋਲ ਨੇ ਤਾਂ ਹਨੇਰੀ ਲਿਆ ਕੇ ਬਿਲਕੁਲ ਜੀ ਬਿਲਕੁਲ ਉਹ ਰਾਈਟਰ ਕਹਿੰਦਾ ਵੀ ਯਾਰ ਮੈਨੂੰ ਇਹ ਗਾਣਾ ਮੈਂ ਪਿੱਟਬੋਲ 2 ਦੇਖ ਰਿਹਾ ਹਾਂ ਜੀ ਅਤੇ ਕਹਿੰਦਾ ਵੀ ਇੱਦਾਂ ਦਾ ਕਨਸੈਪਟ ਆ ਕੁਛ ਮੈਂ ਵੀ ਠੀਕ ਆ ਡਨ ਹੈ ਜੀ ਅਤੇ ਟਾਈਟਲ ਵੀ ਉਹਨਾਂ ਨੇ ਦਿੱਤਾ ਸ਼ਕਤੀਮਾਨ ਚਲੋ ਭਾਜੀ ਹੁਣ ਆਪਾਂ ਤੁਹਾਡਾ ਥੋੜਾ ਬੈਕਗ੍ਰਾਉਂਡ ਬਾਰੇ ਆਪਾਂ ਆਡੀਅੰਸ ਨੂੰ ਥੋੜੀ ਜਾਣਕਾਰੀ ਦਵਾ ਦਈਏ ਹੈ ਨਾ ਬਿਲਕੁਲ ਕਿ ਕਿੱਦਾਂ ਤੁਹਾਡਾ ਇਸ ਲਾਈਨ ਦੇ ਵਿੱਚ ਆਉਣਾ ਹੋਇਆ ਸੱਤ ਢਿੱਲੋਂ ਦਾ ਵੈਸੇ ਅਸਲੀ ਨਾਂ ਕੀ ਹੈਗਾ ਮੇਰਾ ਅਸਲੀ ਨਾਮ ਹੈ ਸਤਪਾਲ ਸਿੰਘ ਅੱਛਾ ਜੀ ਸਰਨੇਮ ਢਿੱਲੋਂ ਅਤੇ ਇਸ ਲਾਈਨ ਦੇ ਵਿੱਚ ਸੱਤ ਢਿੱਲੋਂ ਪਿੰਡ ਮੇਰਾ ਜੇਠੂ ਕੇ ਡਿਸਟ੍ਰਿਕਟ ਬਠਿੰਡਾ ਅਤੇ ਬਚਪਨ ਬਸੇ ਗਾਉਂਦੇ ਬੀਤੇ ਮਤਲਬ ਕਿ ਸ਼ੌਂਕ ਸੀਗਾ ਬਿਲਕੁਲ ਬਚਪਨ ਸਕੂਲ ਦੇ ਵਿੱਚ ਜਿੱਦਾਂ ਸਾਰੇ ਹੀ ਸਟਰਗਲ ਕਰਦੇ ਨੇ ਸਾਰੇ ਹੀ ਗਾਉਂਦੇ ਬਚਪਨ ਤੋਂ ਹੀ ਗਾਉਂਦੇ ਹੁੰਦੇ ਨੇ ਚੌਥੀ ਪੰਜਵੀਂ ਦੇ ਵਿੱਚ ਮੈਨੂੰ ਸਾਡੇ ਟੀਚਰ ਸੀਗੇ ਸਰਦਾਰ ਗੁਰਕਿਰਪਾਲ ਸਿੰਘ ਅੱਛਾ ਜਿਹੜੇ ਕਿ ਪਾਲ ਜੇਠੂਕਿਆਂ ਵਾਲੇ ਦੇ ਨਾਮ ਨਾਲ ਮਸ਼ਹੂਰ ਹੋਏ ਨੇ ਗੀਤਕਾਰ ਹੋਏ ਨੇ ਹਾਂਜੀ ਅਤੇ ਉਹਨਾਂ ਨੇ ਮੈਨੂੰ ਇਸ ਲਾਈਨ ਦੇ ਵਿੱਚ ਤੋਰਿਆ ਅਤੇ ਆਪਾਂ ਜੇ ਗੱਲ ਕਰੀਏ ਪਹਿਲੀ ਸਟੇਜ ਲਾਈਫ ਦੀ ਉਹ ਕਦੋਂ ਲਗਾਈ ਪਹਿਲੀ ਸਟੇਜ ਮੈਨੂੰ ਇਹ ਲੱਗਦਾ ਵੀ ਜੇ ਤਾਂ ਪ੍ਰੋਫੈਸ਼ਨਲੀ ਤਾਂ 2011 ਦੇ ਵਿੱਚ ਜੇ ਉਸ ਤੋਂ ਪਹਿਲਾਂ ਸੋਚੀ ਤਾਂ ਸਕੂਲ ਟਾਈਮ ਬਾਲ ਸਭਾਵਾਂ ਸਕੂਲ ਦੇ ਵਿੱਚ ਹੁੰਦੀਆਂ ਰਿਟਾਇਰਮੈਂਟ 15 ਅਗਸਤ 26 ਜਨਵਰੀ ਯਾਨੀ ਕਿ ਉਹਦੇ ਵਿੱਚ ਮੈਂ ਮੋਹਰੀ ਹੋ ਕੇ ਰੋਲ ਨਿਭਾਉਂਦਾ ਸੀਗਾ ਅੱਛਾ ਜੀ ਜੇ ਆਪਾਂ ਹੁਣ ਗੱਲ ਕਰੀਏ ਇਸ ਫੀਲਡ ਦੇ ਵਿੱਚ ਆਉਣ ਦੀ ਤਾਂ ਜਿਹੜਾ ਪ੍ਰੋਫੈਸ਼ਨਲੀ ਜਦੋਂ ਇੱਧਰ ਸਿੰਗਿੰਗ ਲਾਈਨ ਦੇ ਵਿੱਚ ਆਉਣ ਦਾ ਸੋਚਿਆ ਜੀ ਉਹ ਕਦੋਂ ਆਏ ਅਤੇ ਮਤਲਬ ਕਿ ਕਿਵੇਂ ਬਣਿਆ ਸਾਰਾ ਬਚਪਨ ਤੋਂ ਸ਼ੌਕ ਸੀਗਾ ਮੈਨੂੰ ਸੀਗਾ ਵੀ ਯਾਰ ਮੈਂ ਕੁਛ ਕਰਨਾ ਕਰਕੇ ਦਿਖਾਉਣਾਗਾ ਅਤੇ ਘਰ ਦੀ ਜਿਹੜੀ ਫਾਈਨੈਂਸ਼ਲੀ ਸੀਗੀ ਉਹ ਬਹੁਤ ਹੀ ਵਧੀਆ ਨਹੀਂ ਸੀਗੀ ਅੱਛਾ ਸਪੋਰਟ ਵੈਸੇ ਘਰਦੇ ਕਰਦੇ ਸੀਗੇ ਸਪੋਰਟ ਕਰਦੇ ਕਰਦੇ ਸਪੋਰਟ ਬਹੁਤ ਜ਼ਿਆਦਾ ਕਰਦੇ ਸੀ ਪਰ ਉਹ ਫਾਈਨੈਂਸ਼ਲੀ ਸਪੋਰਟ ਨਹੀਂ ਸੀ ਕਰ ਸਕਦੇ ਕਿਉਂਕਿ ਖੁਦ ਨੂੰ ਵੀ ਪਤਾ ਸੀਗਾ ਹਾਂਜੀ ਹਾਂਜੀ ਅਤੇ ਜਦੋਂ ਮੈਂ ਕਾਲਜ ਛੱਡਿਆ ਤਾਂ ਮੈਂ ਸੋਚਿਆ ਵੀ ਯਾਰ ਹੁਣ ਇਹ ਸਿੰਗਿੰਗ ਵੀ ਜਾਰੀ ਰੱਖਣੀ ਹੈ ਜੀ ਅਤੇ ਨਾਲ ਕੋਈ ਕੰਮ ਵੀ ਕਰਨਾ ਸੋਚੀਏ ਨਾ ਕੁਛ ਕਰਨਾ ਹੀ ਪੈਣਾ ਵੀ ਖੇਤੀਬਾੜੀ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਕੁਛ ਨਹੀਂ ਦਿੰਦੀ ਹੈ ਨਾ ਸੋ ਮੈਂ ਪਿੰਡ ਦੇ ਵਿੱਚ ਇੱਕ ਰੀਲਾਂ ਦੀ ਦੁਕਾਨ ਕੀਤੀ ਅੱਛਾ 2003 ਦੇ ਵਿੱਚ ਮਤਲਬ ਕਿ ਪਹਿਲਾਂ ਲਾਈਨ ਵੀ ਉਹੀ ਚੂਜ਼ ਕੀਤੀ ਕਿ ਲਾਈਨ ਵੀ ਉਹੀ ਚੂਜ਼ ਕੀਤੀ ਵੀ ਮੈਨੂੰ ਕੋਈ ਦਿੱਕਤ ਨਾ ਆਵੇ ਕਿਉਂਕਿ ਮੈਂ ਗਾਣੇ ਸੁਣਨ ਦਾ ਬਹੁਤ ਜ਼ਿਆਦਾ ਸ਼ੌਕੀਨ ਸੀਗਾ ਇਸ ਨਾਲੇ ਸਾਰਾ ਦਿਨ ਛੋਟੇ ਵੇਚਾਂਗੇ ਨਾਲੇ ਉਸ ਟਾਈਮ ਰਿਵਾਜ ਵੀ ਸਿਆ ਸੀਗਾ ਬਿਲਕੁਲ ਛੋਟੇ ਹੁੰਦੇ ਜਦੋਂ
ਸਾਡੇ ਘਰ ਦੇ ਨੇੜੇ ਇੱਕ ਸਕੂਲ ਹੈ, ਸਕੂਲ ਦੇ ਨਾਲ ਹੀ ਛੱਪੜ ਹੈ। ਅੱਛਾ ਜੀ। ਅਤੇ ਰਾਤ ਨੂੰ ਜਦੋਂ ਮਹਿਫਲ ਜੁੜਦੀ ਸੀ ਨਾ, ਅਤੇ ਅਸੀਂ ਛੋਟੇ ਛੋਟੇ ਹੁੰਦੇ ਸੀ, ਮੈਂ ਡੇਲੀ ਨਵਾਂ ਗਾਣਾ ਤਿਆਰ ਕਰਕੇ ਲੈ ਕੇ ਜਾਣਾ ਵੀ ਮੈਨੂੰ ਅੱਜ ਫਿਰ ਕਹਿਣਗੇ ਵੀ ਤੂੰ ਸੁਣਾ ਕੁਛ। ਅੱਛਾ ਜੀ। ਅਤੇ ਤਕਰੀਬਨ ਡੇਲੀ ਹੀ ਉੱਥੇ ਜਾ ਕੇ ਮੈਂ ਨਵਾਂ ਗਾਣਾ ਤਿਆਰ ਕਰਕੇ ਗਾਉਂਦਾ। ਫਿਰ ਉਸ ਤੋਂ ਬਾਅਦ ਕਲੱਬ ਸਾਡਾ ਪਿੰਡ ਜੇਠੂਗੇ, ਉਹਦੇ ਵਿੱਚ ਐੱਨ ਆਈ ਸੀ ਕੈਂਪ, ਐੱਨ ਐੱਸ ਐੱਸ ਕੈਂਪ, ਉਹਦੇ ਵਿੱਚ ਵੀ ਮੈਂ ਬਸ ਮੇਨ ਮੇਰਾ ਗਾਉਣ ਦਾ ਹੀ ਕੰਮ ਹੁੰਦਾ ਸੀ ਵੀ ਯਾਰ ਤੂੰ ਗਾਉਣਾ ਹੀ ਹੈ। ਅਤੇ ਵੈਸੇ ਜੇ ਤੁਹਾਡਾ ਪਹਿਲਾ ਗਾਣਾ ਉਹ ਕਿਹੜੇ ਈਅਰ ਦੇ ਵਿੱਚ ਆਇਆ? 2010 ਦੇ ਵਿੱਚ ਅਸੀਂ ਗਾਣਾ ਕੀਤਾ ਸੀਗਾ ਫਿਰਦੀ ਦੀਵਾਲੀ ਉੱਤੇ ਦੀਵੇ ਬਾਲ ਦੀ, ਪਹਿਲਾ ਸੌਂਗ ਸੀਗਾ ਇਹ ਕਿਸੇ ਹੋਰ ਸਿੰਗਰ ਨੇ ਵੀ ਉਸ ਤੋਂ ਬਾਅਦ ਗਾਇਆ ਗਾ, ਅਤੇ ਪਹਿਲਾਂ ਇਹਨੂੰ ਮੈਂ ਗਾਇਆ। ਅੱਛਾ। ਅਤੇ ਉਸ ਤੋਂ ਬਾਅਦ ਫਿਰ ਮੇਰਾ 2011 ਦੇ ਵਿੱਚ ਆਇਆ ਜਜ਼ਬਾਤ ਸੌਂਗ, ਅਤੇ ਉਸੇ ਟਾਈਟਲ ਹੇਠ ਫਿਰ ਅਸੀਂ ਐਲਬਮ ਕੀਤੀ। ਮਤਲਬ ਕਿ ਜੇ ਆਪਾਂ ਗੱਲ ਕਰੀਏ ਸੱਤ ਢਿੱਲੋਂ ਦੀ, ਕਿ 2010 ਤੋਂ ਤੁਸੀਂ ਸ਼ੁਰੂਆਤ ਕੀਤੀ? ਸ਼ੁਰੂਆਤ ਕੀਤੀ ਪ੍ਰੋਫੈਸ਼ਨਲ ਇਸ ਲਾਈਨ ਦੇ ਵਿੱਚ, 9 ਸਾਲ ਲੱਗ ਗਏ। ਅਤੇ ਪਿੱਟਬੁੱਲ ਗਾਣੇ ਦੇ ਨਾਲ, ਮੈਂ ਮੇਰਾ ਮੰਨਣਾ ਕਿ ਪਿੱਟਬੁੱਲ ਗਾਣੇ ਨੇ ਇੱਕ ਵਧੀਆ ਹਾਈਪ ਕ੍ਰੀਏਟ ਕੀਤੀ ਹੈ। ਬਿਲਕੁਲ ਬਿਲਕੁਲ, ਉਹ ਮੇਰਾ ਆਲ ਓਵਰ ਵਰਲਡ ਸਾਰੇ ਪਾਸੇ ਜਾਣ ਪਏ। 21ਵਾਂ ਗਾਣਾ ਸੀ ਮੇਰਾ। ਕੀ ਬਾਤ ਹੈ, 21 ਗਾਣੇ ਉਸ ਤੋਂ ਪਹਿਲਾਂ ਮੇਰੇ ਆ ਚੁੱਕੇ ਸੀ। ਉੱਥੇ ਤੱਕ ਪਹੁੰਚਣ ਵਾਸਤੇ ਪਹਿਲਾਂ 21 ਗਾਣੇ ਮੈਂ ਕੀਤੇ, ਜਿਹਦਾ ਕਿ ਮੈਨੂੰ ਇੰਨਾ ਕੁ ਕਹਿ ਸਕਦਾ ਵੀ ਮੇਰਾ ਇਲਾਕੇ 'ਚ ਨਾਮ ਮੈਨੂੰ ਮਾੜਾ ਮੋਟਾ ਜਾਣਨ ਲੱਗ ਗਏ ਸੀਗੇ ਲੋਕ। ਅੱਛਾ ਜੀ। ਤੁਸੀਂ ਜਿਵੇਂ ਦੱਸਿਆ ਕਿ ਤੁਹਾਡੇ ਘਰ ਦੀ ਫਾਈਨੈਂਸ਼ੀਅਲੀ ਹਾਲਾਤ ਵੀ ਨਹੀਂ ਹੈ ਨਾ ਇੰਨੇ ਜ਼ਿਆਦਾ ਸਟਰੋਂਗ ਸੀਗੇ, ਵਧੀਆ ਨਹੀਂ ਸੀਗੇ, ਅਤੇ ਤੁਸੀਂ 21 ਗਾਣੇ ਮਤਲਬ ਕਿ ਪਹਿਲਾਂ ਕਰੇ ਹੈ ਨਾ, ਉਸ ਤੋਂ ਬਿਲਕੁਲ 21ਵਾਂ ਗਾਣਾ ਜਾ ਕੇ ਤੁਹਾਡਾ ਚੱਲਿਆ ਜੀ, ਅਤੇ 20 ਗਾਣੇ ਜਦੋਂ ਕਰੇ ਤਾਂ ਤੁਹਾਡੀ ਫੈਮਿਲੀ ਨੇ ਰੋਕਿਆ ਟੋਕਿਆ ਨਹੀਂ ਕਿ ਯਾਰ ਕਿਹੜੀ ਲਾਈਨ ਦੇ ਵਿੱਚ ਪੈ ਗਿਆ, ਕਿੱਥੇ ਪੈ ਗਿਆ ਤੂੰ, ਇਹ ਛੱਡ ਕੇ ਹੋਰ ਕੋਈ ਕੰਮ ਕਰ ਲਓ? ਇੱਕ ਤਾਂ ਇਹ ਸੀ ਬਾਈ ਕੇਵੀ ਸਿੰਘ ਨਾਲ ਮੈਂ 2011 ਤੋਂ ਜੁੜ ਗਿਆ। ਅੱਛਾ ਜੀ। ਅਤੇ ਬਾਈ ਜੱਗੀ ਸਿੰਘ ਜਿਹੜਾ, ਅਸੀਂ 3 ਜਣਿਆਂ ਨੇ ਸਟਰਗਲ ਪੀਰੀਅਡ ਆਪਦਾ ਇਕੱਠਿਆਂ ਨੇ ਸ਼ੁਰੂ ਕੀਤਾ ਪ੍ਰੋਫੈਸ਼ਨਲ ਤੌਰ 'ਤੇ ਜੀ। ਅਤੇ ਮੇਰੇ ਲਈ ਇਹ ਬੈਨੀਫਿਟ ਹੋਇਆ ਕਿ ਮੈਨੂੰ ਖਰਚਾ ਬਹੁਤ ਘੱਟ ਕਰਨਾ ਪੈਂਦਾ ਸੀਗਾ, ਗਾਣਾ ਉਹ ਤਿਆਰ ਕਰਦੇ ਸੀਗੇ, ਮਿਕਸਿੰਗ ਵਗੈਰਾ ਜੋ ਵੀ ਮਤਲਬ ਇੰਨਾ ਖਰਚਾ ਕਰਨਾ ਪੈਂਦਾ ਸੀਗਾ ਜੀ, ਸੋ ਘੱਟ ਖਰਚ ਹੁੰਦਾ ਸੀਗਾ ਕਿਉਂਕਿ ਟੀਮ ਆਪਦੀ ਸੀਗੀ। ਹਾਂਜੀ। ਉਸ ਤੋਂ ਬਾਅਦ ਜਦੋਂ ਪਹਿਲਾ ਗਾਣਾ ਕੀਤਾ, ਉਹ ਤੋਂ ਬਾਅਦ ਐਲਬਮ ਕੀਤੀ, ਫਿਰ ਇੱਕ ਗਾਣਾ ਕੀਤਾ ਸੀ ਸਾਡਾ ਲਾਲਿਆਂ ਦੀ ਬਹੀ ਲਿਖਿਆ ਜਾਂ ਆਟੇ ਵਾਲੀ ਬੋਰੀ ਉੱਤੇ ਨਾਲ, ਅਤੇ ਉੱਥੋਂ ਤੱਕ ਯਾਨੀ ਕਿ ਪਹਿਲਾਂ ਮਤਲਬ ਜਿਹੜੀ ਸੀਗੀ ਅਸੀਂ 50,000 'ਚ ਗਾਣਾ ਤਿਆਰ ਕਰਕੇ ਵੀਡੀਓ ਬਣਾ ਕੇ ਕਰਤੀ ਸੀਗੀ। ਅੱਛਾ ਜੀ। ਉਸ ਤੋਂ ਬਾਅਦ ਫਿਰ ਸਾਡੇ ਲਈ ਇੱਕ ਨਵਾਂ ਟਾਰਗੇਟ ਸ਼ੁਰੂ ਹੁੰਦਾ ਰਿਹਾ, ਅਤੇ ਜਦੋਂ ਮੈਂ ਗਾਣਾ ਕੀਤਾ ਯਾਰ ਛੱਡੇ ਜਾਣੇ ਨਹੀਂ ਭਰਾਵਾਂ ਵਰਗੇ, ਤੈਨੂੰ ਵੀ ਨਹੀਂ ਖੋਣਾ ਚਾਹੁੰਦਾ ਜੱਟ ਵੱਲੀਏ, ਉਦੋਂ ਮੇਰਾ 15ਵਾਂ ਗਾਣਾ ਸੀ, 14-15ਵਾਂ ਗਾਣਾ ਸੀਗਾ। ਅੱਛਾ ਜੀ। ਅਤੇ ਉੱਥੋਂ ਤੱਕ ਖਰਚਾ ਕਾਫੀ ਹੋਣ ਲੱਗ ਗਿਆ ਸੀ, ਅਤੇ ਮੈਨੂੰ ਆਪਦੇ ਘਰ ਵਾਲੇ ਸਾਰੇ ਯਾਰ ਮਿੱਤਰ ਅਤੇ ਜਿੰਨੇ ਵੀ ਰਿਸ਼ਤੇਦਾਰ ਸੀ ਕਹਿੰਦੇ ਵੀ ਯਾਰ ਬਹੁਤ ਹੋ ਗਿਆ ਵੀ ਹੁਣ ਤੂੰ ਨਾ ਕਰ, ਤੂੰ ਗਾ ਨਾ, ਹੋਰ ਕੰਮ ਕਰ ਲਾ ਕੋਈ, ਨਹੀਂ ਇੱਧਰ ਕੰਮ ਕਰਨਾ ਵੀ ਤੇਰੀ ਫੈਮਿਲੀ ਜਿਹੜੀ ਹੈਗੀ ਹੈ ਮੇਰੇ ਵੱਡੇ ਬ੍ਰਦਰ ਉਹ ਬਾਹਰ ਨੇ ਜੀ ਕੁਵੈਤ ਦੇ ਵਿੱਚ, ਵੀ ਉੱਥੇ ਜਾ ਕੇ ਤੂੰ ਉਹਨਾਂ ਨੂੰ ਡਰਾਈਵਰੀ ਕਰ, ਪਰ ਮੈਂ ਚਾਹੁੰਦਾ ਸੀ ਵੀ ਕੰਮ ਤਾਂ ਮੈਂ ਜ਼ਰੂਰ ਕਰਾਂ ਪਰ ਇਹ ਲਾਈਨ ਮੇਰੇ ਤੋਂ ਛੁੱਟੇ ਨਹੀਂ। ਦੁਕਾਨ ਬੰਦ ਕਰਤੀ ਸੀ ਉਸ ਟਾਈਮ ਵੀ? ਦੁਕਾਨ ਚੱਲਦੀ ਸੀ, ਦੁਕਾਨ 2006 ਦੇ ਵਿੱਚ ਬੰਦ ਕਰਤੀ ਸੀ, 3 ਸਾਲ ਦੁਕਾਨ ਕੀਤੀ ਹੈ। ਅੱਛਾ, ਮਤਲਬ ਕਿ ਮੇਰਾ ਰੁਝਾਨ ਇੱਧਰ ਬਹੁਤ ਜ਼ਿਆਦਾ ਸੀਗਾ। ਅੱਛਾ। ਕੁਛ ਮਤਲਬ ਕਿ ਉੱਧਰ ਕੰਮ ਤੋਂ ਵੀ ਵਿਹਲੇ ਹੋ ਗਏ ਤੇ ਇੱਧਰ ਲੱਗ ਵੀ ਨਹੀਂ। ਉਸ ਤੋਂ ਬਾਅਦ ਮੈਂ ਪ੍ਰੋਪਰ, ਤੁਸੀਂ ਦੇਖੋ ਵੀ 2001 ਦੇ ਵਿੱਚ, 2001-2 ਦੇ ਵਿੱਚ ਮੈਂ ਕਾਲਜ ਛੱਡਤਾ। ਅੱਛਾ ਜੀ। ਫਿਰ ਮੈਂ ਵੱਡੇ ਭਰਾਵਾਂ ਨਾਲ ਖੇਤੀ ਕੀਤੀ, ਖੇਤੀ ਕਰਦਾ ਰਿਹਾ। 2003-2006 ਤੱਕ ਮੈਂ ਦੁਕਾਨ ਕੀਤੀ, ਫਿਰ ਉਸ ਤੋਂ ਬਾਅਦ 2006 ਤੋਂ ਲੈ ਕੇ 9-10 ਤੱਕ ਖੇਤੀ ਕੀਤੀ, ਘਰੇ ਪਸ਼ੂ ਢਾਂਡਾ ਸਾਰਾ ਸਾਂਭਦਾ ਸੀਗਾ, ਕੱਖ ਪੱਠਾ ਲੈ ਕੇ ਆਉਂਦਾ ਸੀ, ਸਾਰਾ ਕੁਛ ਯਾਨੀ ਕਿ A to Z ਕੰਮ ਕੀਤਾ ਕਰਨਾ। ਅੱਛਾ। ਫਿਰ ਉਸ ਤੋਂ ਬਾਅਦ ਘਰਦਿਆਂ ਨੇ ਮਤਲਬ ਕਿ, ਹੁਣ ਆਪਾਂ ਗੱਲ ਕੰਟੀਨਿਊ ਰੱਖੀਏ, ਜਿਵੇਂ ਤੁਹਾਡੇ ਫੈਮਿਲੀ ਨੇ ਕਹਿਣਾ ਸ਼ੁਰੂ ਕਰਤਾ ਕਿ ਤੁਸੀਂ ਕੁਵੈਤ ਜਾਓ ਹੈ ਨਾ ਬ੍ਰਦਰ ਕੋਲ? ਹਾਂ, ਵੀ ਯਾਨੀ ਕਿ ਬਾਹਰ ਚਲੇ ਜਾਓ, ਕਿਸੇ ਵੀ ਦੇਸ਼ ਚਲੇ ਜਾਓ, ਵੀ ਇੱਥੋਂ ਵਗ ਜਾਓ, ਤੁਸੀਂ ਕਮਾ ਲਓ ਕੁਛ, ਕਰ ਲਓ, ਕਿਉਂਕਿ ਘਰ ਦੀ ਫਾਈਨੈਂਸ ਲਈ ਬਹੁਤ ਹਾਲਾਤ ਮਾੜੇ ਸੀਗੇ। ਅਤੇ ਮੈਂ ਵੀ ਇੱਕ ਵਾਰ ਤਾਂ ਸੋਚਣ ਲਈ ਮਜਬੂਰ ਹੋ ਗਿਆ ਸੀਗਾ ਵੀ ਯਾਰ ਮੇਰਾ ਕੁਛ ਨਹੀਂ ਬਣ ਰਿਹਾ, ਹੁਣ ਵੀ ਮੈਂ ਸਟਰਗਲ ਹੀ ਕਰ ਰਿਹਾ, ਮੈਂ ਆਪਣੇ ਆਪ ਨੂੰ ਬਾਹਲਾ ਵੱਡਾ ਨਹੀਂ ਕਹੂੰਗਾ, ਸੋ ਸੋਚਣ ਲਈ ਮਜਬੂਰ ਹੋ ਗਿਆ ਵੀ ਯਾਰ ਮੈਂ ਛੱਡ ਦਿਆਂ। ਫਿਰ ਮੈਂ ਸੋਚਿਆ ਵੀ ਯਾਰ ਪਲਾਂਘ ਬਹੁਤ ਵੱਡੀ ਪੱਟ ਲਈ, ਬਹੁਤ ਅੱਗੇ ਆ ਗਿਆ, ਕਿਉਂਕਿ 15-16 ਗਾਣੇ ਕਰ ਲਏ ਸੀਗੇ, ਅਤੇ ਮੇਰਾ ਹਟਣ ਨੂੰ ਇਸ ਲਾਈਨ ਦੇ ਵਿੱਚੋਂ ਛੱਡਣ ਨੂੰ ਦਿਲ ਨਹੀਂ ਸੀ ਕਰਦਾ। ਉਹ ਕਹਿੰਦੇ ਆ ਵੀ ਵਿਸ਼ਵਾਸ ਰੱਖਣਾ ਚਾਹੀਦਾ ਆਪਣੇ ਆਪ 'ਤੇ, ਉਸ ਮਾਲਕ 'ਤੇ, ਵੀ ਚੱਲ ਚੱਲਦੇ ਰਹੋ, ਕਦੇ ਨਾ ਕਦੇ ਮੰਜ਼ਿਲ ਜ਼ਰੂਰ ਮਿਲੂਗੀ, ਸੋ ਲੱਗੇ ਹੋਏ ਆ। ਅਤੇ ਫੈਮਿਲੀ ਦੇ ਵਿੱਚੋਂ ਸਭ ਤੋਂ ਵੱਧ ਸਪੋਰਟ ਕਿਹਨੇ ਕੀਤੀ, ਕਿ ਕੌਣ ਬੰਦਾ ਮਤਲਬ ਕਿ ਚਾਹੁੰਦਾ ਸੀਗਾ ਕਿ? ਫੈਮਿਲੀ ਦੇ ਵਿੱਚ ਸਪੋਰਟ ਮੇਰੇ ਪਰਿਵਾਰ ਦੀ ਸਪੋਰਟ ਬਹੁਤ ਵਧੀਆ ਰਹੀ ਹੈ ਜੀ,
ਚਾਹੇ ਫਾਈਨੈਂਸ਼ਲੀ ਸਪੋਰਟ ਘੱਟ ਸੀ ਪਰ ਸਪੋਰਟ ਪੈਸੇ ਸਪੋਰਟ ਬਹੁਤ ਰਹੀ ਹੈ ਮੈਨੂੰ ਫ੍ਰੀ ਛੱਡ ਬੰਦੇ ਨੇ ਮਤਲਬ ਕਿ ਹਟਣ ਨਹੀਂ ਦਿੱਤਾ ਕਿ ਨਹੀਂ ਲੱਗੇ ਫ੍ਰੀ ਛੱਡਦਾ ਸੀ ਮੈਨੂੰ ਕਹਿੰਦੇ ਵੀ ਤੂੰ ਕਰ ਕੁਛ ਕਰ ਹੈ ਨਾ ਅਤੇ ਉਸ ਤੋਂ ਬਾਅਦ ਸਾਡੇ ਹੈਗੇ ਨੇ ਮੈਂ ਨਾਮ ਨਹੀਂ ਲਾਵਾਂਗਾ ਉਹਨਾਂ ਨੇ ਮੈਨੂੰ ਰੋਕਿਆ ਹੋਇਆ ਗਾ ਕਹਿੰਦੇ ਵੀ ਜਿਹੜੇ ਮੇਰੇ ਸਪੋਰਟ ਅੱਜ ਵੀ ਕਰ ਰਹੇ ਨੇਗੇ ਸੋ ਮੈਂ ਕਿਸੇ ਮੁਕਾਮ 'ਤੇ ਪਹੁੰਚੂੰਗਾ ਫਿਰ ਮੈਂ ਨਾਮ ਉਹ ਕਹਿਣਗੇ ਰੋਕਣਗੇ ਮੈਂ ਤਾਂ ਵੀ ਲਊਂਗਾ ਸੋ ਅੱਜ ਮੈਂ ਉਹ ਨਾਮ ਨਹੀਂ ਲੈਣਾ ਚਾਹੁੰਦਾ ਮੇਰੀ ਸਪੋਰਟ ਕਰ ਰਹੇ ਨੇ ਫਾਈਨੈਂਸ਼ਲੀ ਸਪੋਰਟ ਵੀ ਕਰ ਰਹੇ ਨੇ ਇੱਕ ਗੱਲ ਮੈਂ ਹੋਰ ਜ਼ਿਕਰ ਕਰਨਾ ਚਾਹੁੰਦਾ ਕਿ ਸਭ ਤੋਂ ਆਫਟਰ ਮੈਰਿਜ ਮੇਰਾ ਸਭ ਤੋਂ ਵੱਧ ਸਾਥ ਦਿੱਤਾ ਮੇਰੀ ਮਿਸਿਜ਼ ਨੇ ਉਹਨਾਂ ਨੇ ਮੇਰੀਆਂ ਗਲਤੀਆਂ ਦੱਸਣੀਆਂ ਮੈਨੂੰ ਹਰ ਥਾਂ 'ਤੇ ਸਪੋਰਟ ਕੀਤਾ ਉਹਨਾਂ ਨੇ ਮੇਰੀਆਂ ਗਲਤੀਆਂ ਵੀ ਗਾਣਾ ਸੁਣ ਕੇ ਵੀ ਤੁਸੀਂ ਇੱਥੇ ਆਹ ਗਲਤ ਕੀਤਾ ਜਾਂ ਕਹਿੰਦਾ ਉਹਨਾਂ ਦੀ ਲਾਈਨ ਹੈ ਜਿਹੜੀ ਉਹ ਆਪਦੀ ਲਾਈਨ ਛੱਡ ਕੇ ਮੇਰੇ ਵੱਲ ਹੀ ਤੁਰ ਪਏ ਉਹ ਜੀ ਅੱਜ ਮੇਰਾ ਉਹ ਬਹੁਤ ਕੋਆਪਰੇਟ ਕਰ ਰਹੇ ਨੇ ਅਤੇ ਬਾਕੀ ਮੇਰੇ ਭਰਾ ਮੇਰੇ ਹੋਰ ਜਿਹੜੇ ਰਿਸ਼ਤੇਦਾਰ ਕਹਿ ਲਓ ਚਾਚੇ ਤਾਏ ਦੇ ਮੁੰਡੇ ਕਹਿ ਲਓ ਸਾਰੇ ਉਹ ਕਹਿੰਦੇ ਉਹਨਾਂ ਨੇ ਕਦੇ ਹੱਲਾਸ਼ੇਰੀ ਨਹੀਂ ਮੈਨੂੰ ਦਿੱਤੀ ਉਹਨਾਂ ਨੇ ਸਿਰਫ ਗਲਤੀਆਂ ਕੱਢੀਆਂ ਮੇਰੀਆਂ ਸ਼ਾਇਦ ਉਹ ਆਪਣੀ ਜਗ੍ਹਾ 'ਤੇ ਸਹੀ ਨੇ ਜੀ ਉਹ ਚੀਜ਼ ਸਿਖਾਉਂਦੀਆਂ ਚੀਜ਼ਾਂ ਬਿਲਕੁਲ ਇੱਦਾਂ ਦੀਆਂ ਹੁੰਦੀਆਂ ਉਹ ਚੀਜ਼ਾਂ ਬਹੁਤ ਸਿਖਾਉਂਦੀਆਂ ਲਾਈਫ ਦੇ ਵਿੱਚ ਬਿਲਕੁਲ ਬਿਲਕੁਲ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਪਿੱਟ ਬੁੱਲ ਦੀ ਜੀ ਜਿਹੜਾ ਇੱਕ ਮਤਲਬ ਕਿ ਜਿਹਨੇ ਇੱਕ ਹਾਈਪ ਕ੍ਰੀਏਟ ਕੀਤੀ ਹੈ ਨਾ ਉਹ ਗਾਣਾ ਕਿਵੇਂ ਮਿਲਿਆ ਉਹ ਗਾਣਾ ਮਿਲਣ ਦੇ ਪਿੱਛੇ ਇੱਕ ਚਾਂਸ ਸੀਗਾ ਕਿ ਮੈਨੂੰ ਰਾਈਟਰ ਨੇ ਸਾਡੇ ਨਾਲ ਹੀ ਤਪਾ ਮੰਡੀ ਹੈ ਉੱਥੋਂ ਦੇ ਰਾਈਟਰ ਨੇ ਸੁੱਖੀ ਤਪਾ ਜੀ ਉਹਨਾਂ ਨੇ ਉਹ ਅਕਸਰ ਹੀ ਮੈਂ ਉਹਨਾਂ ਕੋਲ ਜਾਂਦਾ ਰਹਿੰਦਾ ਸੀਗਾ ਅਤੇ ਉਹਨਾਂ ਨੇ ਮੈਨੂੰ ਗਾਣਾ ਸੁਣਾਇਆ ਡਿਊਟ ਕਹਿੰਦੇ ਵੀ ਯਾਰ ਆਹ ਗਾਣਾ ਸੱਤੇ ਤੇਰੀ ਲਈ ਇਹ ਗਾਣਾ ਹਿੱਟ ਹੋਊਗਾ ਜਦੋਂ ਉਹਨਾਂ ਨੇ ਮੈਨੂੰ ਸੁਣਾਇਆ ਮੈਂ ਅੱਜ ਕੈਮਰੇ ਸਾਹਮਣੇ ਦੱਸ ਰਿਹਾ ਕਿ ਮੈਨੂੰ ਵਧੀਆ ਨਹੀਂ ਲੱਗਿਆ ਮੈਂ ਕਿਹਾ ਯਾਰ ਮੈਂ ਵੈਸੇ ਮੇਰਾ ਪੁੱਛਣ ਦਾ ਕੁਐਸਚਨ ਇਹ ਕਾਰਨ ਸੀਗਾ ਕਿਉਂਕਿ ਮੈਂ ਪਹਿਲੇ ਤੁਹਾਡੇ ਜਿਹੜੇ ਗਾਣੇ ਸੁਣੇ ਤਕਰੀਬਨ ਮਤਲਬ ਕਿ ਸੱਭਿਆਚਾਰਕ ਜੇ ਤੁਸੀਂ ਬਹੁਤ ਜ਼ਿਆਦਾ ਗਾਣੇ ਗਾਏ ਉਹ ਗੱਲ ਵੀ ਜ਼ਰੂਰ ਦੱਸੂਗਾ ਜਿਹੜਾ ਟੇਸਟ ਤੁਹਾਡਾ ਬਿਲਕੁਲ ਇਹ ਸੀਗਾ ਅਤੇ ਪਿੱਟ ਬੁੱਲ ਦੇ ਨਾਲ ਬਿਲਕੁਲ ਹੀ ਚੇਂਜ ਹੋ ਗਿਆ ਸਾਰਾ ਇਸੇ ਕਰਕੇ ਹੀ ਸ਼ਾਇਦ ਮੈਨੂੰ ਉਹ ਗਾਣਾ ਪਸੰਦ ਨਹੀਂ ਸੀਗਾ ਵੀ ਮੇਰਾ ਟੇਸਟ ਜਿਹੜਾ ਮੇਰਾ ਜੋਨਰ ਸੀਗਾ ਉਹ ਕੁਛ ਗਾਣੇ ਹੋਰ ਸੀਗੇ ਜੀ ਅਤੇ ਮੈਂ ਕਿਹਾ ਵੀ ਯਾਰ ਮੈਨੂੰ ਇਸ ਗਾਣੇ ਬਾਰੇ ਨਹੀਂ ਪਤਾ ਕਿਉਂਕਿ ਮੈਂ ਡਿਊਟ ਗਾਣਾ ਪਹਿਲੀ ਵਾਰ ਗਾ ਰਿਹਾ ਹੈਗਾ ਮੈਨੂੰ ਨਹੀਂ ਪਤਾ ਹੈਗਾ ਹਾਂਜੀ ਤੁਸੀਂ ਬਾਈ ਕੇਵੀ ਸਿੰਘ ਨੂੰ ਗਾਣਾ ਭੇਜੋ ਉਹ ਦੱਸਣਗੇ ਵੀ ਗਾਣਾ ਕਿੱਦਾਂ ਕਿਵੇਂ ਹੈ ਅੱਛਾ ਜੀ ਉਹਨਾਂ ਨੇ ਕੇਵੀ ਸਿੰਘ ਨੂੰ ਗਾਣਾ ਭੇਜਿਆ ਕੇਵੀ ਸਿੰਘ ਨੇ ਗਾਣਾ ਭੇਜਿਆ ਅਤੇ ਕੋਈ ਰਿਪਲਾਈ ਨਾ ਆਇਆ ਮੈਨੂੰ ਕਹਿੰਦਾ ਮੈਨੂੰ ਫੋਨ ਆਇਆ ਕਹਿੰਦਾ ਸੱਤੇ ਕੋਈ ਰਿਪਲਾਈ ਨਹੀਂ ਦਿੱਤਾ ਮੈਨੂੰ ਮੈਨੂੰ ਪਿਆਰ ਦੇ ਨਾਲ ਘਰ ਦੇ ਵਿੱਚ ਮੇਰੇ ਯਾਰ ਦੋਸਤ ਸਾਰੇ ਸੱਤਾ ਕਹਿੰਦੇ ਨੇ ਜੀ ਅਤੇ ਕੋਈ ਰਿਪਲਾਈ ਨਾ ਕਹਿੰਦੇ ਕੋਈ ਰਿਪਲਾਈ ਨਹੀਂ ਆਇਆ ਯਾਰ ਮੈਂ ਹਾਂ ਯਾਰ ਚਲੋ ਮੈਂ ਪੁੱਛੂੰਗਾ ਮੈਂ ਚਲੋ ਕਾਫੀ ਹਫ਼ਤਾ ਲੰਘ ਗਿਆ ਅਸੀਂ ਚੰਡੀਗੜ੍ਹ ਆ ਰਹੇ ਸੀਗੇ ਮੈਂ ਅਤੇ ਬਾਈ ਕਿਸੇ ਗਾਣੇ ਦੀ ਡੀਲ ਕਰਨ ਆ ਰਹੇ ਸੀਗੇ ਅਤੇ ਰਸਤੇ ਵਿੱਚ ਗੱਲਾਂ ਚੱਲ ਪਈਆਂ ਯਾਰ ਕਹਿੰਦੇ ਐਂ ਗਾਣਿਆਂ ਬਾਰੇ ਯਾਰ ਇੱਦਾਂ ਇੱਦਾਂ ਕਰਕੇ ਕਹਿੰਦੇ ਸੱਤੇ ਯਾਰ ਤੂੰ ਉਹ ਗਾਣਾ ਕਰ ਮੈਂ ਬਾਈ ਕਿਹੜਾ ਕਹਿੰਦੇ ਉਹ ਪਿੱਟ ਬੋਲ ਵਾਲਾ ਅੱਛਾ ਜੀ ਅਤੇ ਮੈਨੂੰ ਐਂ ਲੱਗਿਆ ਵੀ ਸ਼ਾਇਦ ਬਾਈ ਮਜ਼ਾਕ ਕਰਦਾ ਕਿਉਂਕਿ ਮੇਰਾ ਟੇਸਟ ਨਹੀਂ ਸੀ ਮੇਰਾ ਜੋਨਰ ਨਹੀਂ ਸੀਗਾ ਉਹ ਅਤੇ ਮੈਂ ਬਾਈ ਕਹਿੰਦਾ ਨਹੀਂ ਯਾਰ ਮੈਂ ਕਿਹਾ ਵੀ ਬਾਈ ਤੂੰ ਮਜ਼ਾਕ ਕਰ ਰਿਹਾ ਯਾਰ ਜੀ ਕਹਿੰਦਾ ਨਹੀਂ ਮੈਂ ਮਜ਼ਾਕ ਨਹੀਂ ਕਰ ਰਿਹਾ ਗਾਣਾ ਕਰ ਲਾ ਮੈਂ ਫੇਰ ਹੂੰ ਮੈਂ ਬਾਈ ਤੂੰ ਮਜ਼ਾਕ ਕਰ ਰਿਹਾ ਉਹ ਮੈਨੂੰ ਗੁੱਸੇ ਨਾਲ ਬੋਲਿਆ ਬਾਈ ਕੇ ਵੀ ਸਿੰਘ ਕਹਿੰਦਾ ਯਾਰ ਹੱਦ ਹੋ ਗਈ ਯਾਰ ਮਜ਼ਾਕ ਦੀ ਕੋਈ ਹੱਦ ਹੁੰਦੀ ਹੈ ਮੈਂ ਮਜ਼ਾਕ ਨਹੀਂ ਕਰ ਰਿਹਾ ਇਹ ਗਾਣਾ ਕਰ ਲਾ ਗਾਣਾ ਹਿੱਟ ਹੈ ਅਸੀਂ ਜਿਹੜੇ ਗਾਣੇ ਦੀ ਡੀਲ ਕਰਨ ਆਏ ਸੀ ਉਹ ਗਾਣੇ ਪਿੱਛਾ ਸਿੱਟ ਕੇ ਅਸੀਂ ਇਹ ਗਾਣਾ ਰੈਡੀ ਕਰਨਾ ਸ਼ੁਰੂ ਕਰਤਾ ਅੱਛਾ ਜੀ ਰੈਡੀ ਜਦੋਂ ਰੈਡੀ ਕਰਨਾ ਸ਼ੁਰੂ ਕਰਤਾ ਇਹਦੇ ਵਿੱਚ ਜੋ ਵੀ ਅਸੀਂ ਮਟੀਰੀਅਲ ਪਾਇਆ ਮਸਾਲਾ ਪਾਇਆ ਉਹ ਆਟੋਮੈਟਿਕਲੀ ਕ੍ਰੀਏਟ ਹੁੰਦਾ ਗਿਆ ਸੋ ਇੱਦਾਂ ਇਸ ਗਾਣੇ ਦੀ ਮਤਲਬ ਇਹ ਗਾਣਾ ਬਿਲਕੁਲ ਆਇਆ ਬਹੁਤ ਵਧੀਆ ਭਾਅ ਜੀ ਗਾਣਾ ਸੁਪਰ ਡੁਪਰ ਹਿੱਟ ਗਿਆ ਮਿਹਨਤ ਪੂਰਾ ਰੰਗ ਵੀ ਲੈ ਕੇ ਆਈ ਹੈ ਨਾ ਬਿਲਕੁਲ ਜੀ ਅਤੇ ਹੁਣ ਇਸ ਗਾਣੇ ਦੀਆਂ ਦੋ ਲਾਈਨਾਂ ਹੋ ਜਾਣੀ ਬਿਲਕੁਲ ਜੀ ਨਹੀਂ ਮੈਨੂੰ ਲੱਗੇ ਹੁਣ ਤੈਨੂੰ ਰਿਹਾ ਪਿਆਰ ਨਾ ਵੇ ਸੌਂ ਲੱਗੇ ਇੱਦਾਂ ਦੀ ਕੋਈ ਵਿਚਾਰ ਨਾ ਨਹੀਂ ਮੈਨੂੰ ਲੱਗੇ ਹੁਣ ਤੈਨੂੰ ਰਿਹਾ ਪਿਆਰ ਨਾ ਸੌਂ ਲੱਗੇ ਇੱਦਾਂ ਦੀ ਕੋਈ ਵਿਚਾਰ ਨਾ ਕੱਲ੍ਹ ਦੱਸ ਫਿਰ ਮੈਨੂੰ ਕਿਉਂ ਸੱਦਿਆ ਕੱਲ੍ਹ ਦੱਸ ਫਿਰ ਮੈਨੂੰ ਕਿਉਂ ਸੱਦਿਆ ਦੱਸਦੀਆਂ ਕਾਹਤੋਂ ਟੈਨਸ਼ਨ ਲੈ ਗਿਆ ਨੀ ਤੁਹਾਡਾ ਪਿੱਟ ਬੁੱਲ ਮੇਰੇ ਪਿੱਛੇ ਪੈ ਗਿਆ ਭਾਬੀ ਖੜੀ ਸੀ ਵੇ ਚੋਰ ਚੋਰ ਕਹਿਣਾ ਪੈ ਗਿਆ ਬਹੁਤ ਸੋਹਣਾ ਗਾਣਾ ਇਹ ਗਾਣਾ ਮਤਲਬ ਇੱਕ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਘੈਂਟ ਇਨਸਾਨ ਘੈਂਟ ਸਿੰਗਰ ਅਤੇ ਜਿਹਨਾਂ ਦੇ ਗਾਣੇ ਸੁਣ ਕੇ ਹਰ ਇੱਕ ਬੰਦੇ ਦੇ ਇਨਸਾਨ ਦੇ ਚਿਹਰੇ 'ਤੇ ਸਮਾਈਲ ਆ ਜਾਂਦੀ ਹੈ ਅਤੇ ਗਾਣਾ ਇੱਦਾਂ ਦਾ ਕਿ ਹਰ ਇੱਕ ਬੰਦੇ ਨੂੰ ਸੁਣ ਕੇ ਮਤਲਬ ਕਿ ਮਜ਼ਾ ਆ ਜਾਂਦਾ ਮੈਨੂੰ ਮੇਰੇ ਆਪ ਦੀ ਗੱਡੀ ਦੇ ਵਿੱਚ ਵੀ ਬਹੁਤ ਵਜਿਆ ਇਹ ਗਾਣਾ ਥੈਂਕ ਯੂ ਮੈਨੂੰ ਇਹ ਲੱਗਦਾ ਸੀਗਾ ਵੀ ਸ਼ਾਇਦ ਇਸ ਗਾਣੇ ਤੋਂ ਬਾਅਦ ਮੈਨੂੰ ਮੇਰੇ ਪਰਿਵਾਰ ਵਾਲੇ ਹਾਂਜੀ ਅਤੇ ਮੈਨੂੰ ਚਾਰੇ ਪਾਸੋਂ ਝਿੜਕੇ ਹੀ ਪੈਣਗੀਆਂ ਅੱਛਾ ਯਾਰ ਤੂੰ ਆਹ ਕਿੱਦਾਂ ਦੇ ਗਾਣੇ ਗਾਉਣ ਲੱਗ ਗਿਆ ਜਿੱਦਾਂ
ਅਤੇ ਫਿਰ ਮੈਨੂੰ ਥੋੜ੍ਹਾ ਅਹਿਸਾਸ ਹੋਇਆ ਵੀ ਯਾਰ ਨਹੀਂ, ਥੋੜ੍ਹਾ ਕਮਰਸ਼ੀਅਲ ਤਾਂ ਹੋਣਾ ਹੀ ਪੈਣਾ ਗਾ, ਜਿੱਦਾਂ ਦੀ ਆਡੀਅੰਸ ਗਾਣੇ ਚਾਹੁੰਦੀ ਹੈ ਜੀ ਉੱਦਾਂ ਦਾ ਤੈਨੂੰ ਕਰਨਾ ਹੀ ਪੈਣਾ ਗਾ। ਬਿਲਕੁਲ। ਅਤੇ ਮੈਂ ਇੱਕ ਗੱਲ ਕਹਿਣਾ ਹੁੰਦਾ ਗਾ ਵੀ ਜੋ ਆਡੀਅੰਸ ਚਾਹੂਗੀ, ਕਿਉਂਕਿ ਅੱਜ ਇਹ ਜਿਹੜੀ ਕਹਾਣੀ ਆ ਉਹ ਲੱਖਾਂ ਤੋਂ ਕਰੋੜਾਂ ਤੱਕ ਦੇ ਵਗੀ, ਬਹੁਤ ਪੈਸਾ ਖਰਚ ਹੁੰਦਾ ਬਹੁਤ ਜ਼ਿਆਦਾ। ਬਿਲਕੁਲ ਜੀ। ਇੱਕ ਨਵੇਂ ਸਿੰਗਰ ਲਈ ਲੋਕਾਂ ਅੱਗੇ ਆਉਣਾ, ਆਪਣੇ ਆਪ ਨੂੰ ਪ੍ਰਮੋਟ ਕਰਨਾ, ਹੈ ਨਾ, ਇੱਕ ਸਿੰਗਰ ਜਿਹੜਾ ਨਵਾਂ ਇਸ ਲਾਈਨ ਦੇ ਵਿੱਚ ਆਉਂਦਾ ਉਹਨੂੰ ਖੁਦ ਨੂੰ ਪੈਸਾ ਖਰਚ ਕਰਨਾ ਪੈਂਦਾ, ਕੋਈ ਕੰਪਨੀ ਨਹੀਂ ਕਰਦੀ, ਕੁਛ ਨਹੀਂ ਕਰਦੀ। ਅਤੇ ਜੇ ਇੰਨਾ ਪੈਸਾ ਲਾ ਕੇ ਉਹ ਘਰ ਬੈਠੇ ਜਾਂ ਹੈ ਨਾ ਉਹਨੂੰ ਕੰਮ ਨਾ ਮਿਲੇ, ਅਤੇ ਫਿਰ ਮੈਂ ਚਾਹੁੰਦਾ ਵੀ ਯਾਰ ਜਿੱਦਾਂ ਦੇ ਆਡੀਅੰਸ ਚਾਹੁੰਦੀ ਆ ਗਾਣੇ, ਜਿੱਦਾਂ ਦੇ ਗਾਣੇ ਹਿੱਟ ਹੋ ਰਹੇ ਨੇ ਮਾਰਕੀਟ ਦੇ ਵਿੱਚ, ਉੱਦਾਂ ਦੇ ਹੀ ਗਾਣੇ ਕਰਨੇ ਚਾਹੀਦੇ ਨੇ। ਅਤੇ ਭਾਅ ਜੀ ਹੁਣ ਆਪਾਂ ਗੱਲ ਕਰਦੇ ਹਾਂ ਇਸ ਗਾਣੇ ਤੋਂ ਬਾਅਦ ਤੁਹਾਡੀ ਲਾਈਫ ਦੇ ਵਿੱਚ ਚੇਂਜ ਦੀ, ਕਿ ਇੱਕ ਤਰ੍ਹਾਂ ਇਸ ਗਾਣੇ ਤੋਂ ਬਾਅਦ ਤੁਹਾਡੀ ਲਾਈਫ ਦੇ ਵਿੱਚ ਯੂ ਟਰਨ ਵਜਿਆ, ਹੈ ਨਾ। ਬਿਲਕੁਲ। ਲਾਈਫ ਚੇਂਜ ਹੋਈ। ਬਿਲਕੁਲ। ਲੋਕਾਂ ਦੇ ਵਿੱਚ ਜਿਹੜੇ ਲੋਕ ਐਕਸੈਪਟ ਨਹੀਂ ਕਰਦੇ ਸੀ ਉਹਨਾਂ ਨੇ ਸਾਰਿਆਂ ਨੇ ਐਕਸੈਪਟ ਕੀਤਾ ਇਸ ਗਾਣੇ ਤੋਂ ਬਾਅਦ ਐਜ਼ ਅ ਸਿੰਗਰ। ਬਿਲਕੁਲ। ਸੋ ਉਹ ਕਿਵੇਂ ਦਾ ਮਤਲਬ ਕਿ ਚੇਂਜ? ਕਾਫੀ ਚੇਂਜਸ ਆਏ ਜੀ, ਹੱਲਾਸ਼ੇਰੀ ਬਹੁਤ ਮਿਲੀ, ਅਤੇ ਜਿੱਥੇ ਜਿੱਥੇ ਵੀ ਜਾਂਦੇ ਸੀਗੇ ਪਿਆਰ ਮਿਲਦਾ ਸੀਗਾ। ਬਟ ਇੱਕ ਸਭ ਤੋਂ ਵੱਡਾ ਜਿਹੜਾ ਘਾਟਾ ਪਿਆ ਮੈਨੂੰ ਉਸ ਗਾਣੇ ਤੋਂ ਬਾਅਦ, ਜਿਹੜਾ ਕਿ ਮੈਂ, ਮੇਰਾ ਇੱਕ ਡ੍ਰੀਮ ਸੀਗਾ ਕਿ ਮੈਂ ਆਪਣੀ ਮਦਰ ਨੂੰ ਬਹੁਤ ਖੁਸ਼ ਵੇਖਣਾ ਗਾ, ਮਤਲਬ ਕਿਸੇ ਮੁਕਾਮ 'ਤੇ ਪਹੁੰਚ ਕੇ ਦਿਖਾਉਣਾ ਗਾ। 6-7 ਮਹੀਨੇ ਪਹਿਲਾਂ ਮਦਰ ਦੀ ਡੈਥ ਹੋ ਗਈ, ਉਹ ਚਲੇ ਗਏ ਇਸ ਦੁਨੀਆ ਤੋਂ, ਉਹ ਬਹੁਤ ਬਹੁਤ ਵੱਡਾ ਘਾਟਾ ਮੇਰੇ ਲਈ। ਸੋ ਉਹਨਾਂ ਦੀਆਂ ਖਵਾਹਿਸ਼ਾਂ ਜਿਹੜੀਆਂ ਕੁਛ ਅਧੂਰੀਆਂ ਰਹਿ ਗਈਆਂ, ਕੁਛ ਕੁ ਪੂਰੀਆਂ ਹੋ ਵੀ ਗਈਆਂ ਸੀਗੀਆਂ, ਕਿ ਜਿਹੜੇ ਇੱਕੀ ਗਾਣਾ, 21ਵਾਂ ਗਾਣਾ ਸੀਗਾ ਮੇਰਾ ਪਿੱਟਬੁੱਲ, ਉਸ ਤੋਂ ਪਹਿਲਾਂ ਵਾਲੇ ਗਾਣੇ ਜਿਹੜੇ ਹੈਗੇ ਸੀ ਉਹ ਡੀ ਜੇ 'ਤੇ ਨਹੀਂ ਵੱਜੇ ਕਦੇ ਵੀ, ਇੱਕਾ ਦੁੱਕਾ ਵੱਜੇ ਹੋਣਗੇ ਪਰ ਜਿੱਦਾਂ ਚੱਲਣਾ ਚਾਹੀਦਾ ਸੀ ਚੱਲਿਆ ਨਹੀਂਗਾ। ਤਾਂ ਮਦਰ ਮੇਰੀ, ਮਾਂ ਮੇਰੀ, ਪਿੰਡ ਦੇ ਵਿੱਚ ਡੀ ਜੇ ਚੱਲਦਾ ਤਾਂ ਰਾਤ ਨੂੰ 11-12 ਵਜੇ ਤੱਕ ਜਦੋਂ ਤੱਕ ਵੀ ਡੀ ਜੇ ਚੱਲਣਾ ਸੀਗਾ ਉਹਨੇ ਸੁਣਦੇ ਰਹਿਣਾ ਵੀ ਮੇਰੇ ਪੁੱਤ ਦਾ ਗਾਣਾ ਚੱਲਿਆ ਜਾਂ ਨਾ ਚੱਲਿਆ। ਸੋ ਜਿੰਨੇ ਵਾਰੀ ਵੀ ਗਾਣਾ ਪਲੇ ਹੋਣਾ ਉਹ ਸਾਨੂੰ ਫੋਨ ਕਰਕੇ, ਕਿਉਂਕਿ ਅਸੀਂ ਅੰਦਰ ਪਏ ਹੁੰਦੇ ਸੀਗੇ, ਫੋਨ ਕਰਕੇ ਜਾਂ ਨੌਕ ਕਰਕੇ ਜਗਾ ਕੇ ਦੱਸ ਕੇ ਆਉਣਾ ਵੀ ਹੁਣ ਫਿਰ ਗਾਣਾ ਚੱਲ ਪਿਆ, ਜੇ 3 ਵਾਰੀ ਗਾਣਾ ਚੱਲਣਾ ਤਾਂ 3 ਵਾਰ ਦੱਸ ਕੇ ਆਉਣਾ ਗਾ। ਉਹ ਮੂਮੈਂਟ ਮੇਰੇ ਲਈ ਬਹੁਤ ਉਹ ਹੈਗਾ। ਅਤੇ ਜੇ ਨਾ ਵੀ ਗਾਣਾ ਚੱਲਣਾ ਤਾਂ ਸਵੇਰੇ ਉੱਠ ਕੇ ਮਾਤਾ ਨੇ ਕਹਿਣਾ ਸੀਗਾ ਵੀ ਢਹਿ ਜਾਣਾ, ਤੇਰਾ ਗਾਣਾ ਨਹੀਂ ਚਲਾਇਆ ਗਾ। ਅਤੇ ਮੈਂ ਕਹਿੰਦਾ ਹੁੰਦਾ ਮਾਂ ਕੋਈ ਗੱਲ ਨਹੀਂ, ਸਬਰ ਰੱਖੋ, ਹੈ ਨਾ, ਕਦੇ ਨਾ ਕਦੇ ਆਪਣਾ ਵੀ ਟਾਈਮ ਆਊਗਾ। ਸੋ ਉਹ ਟਾਈਮ ਤਾਂ ਉਹਨਾਂ ਨੇ ਵੇਖ ਲਿਆ ਕਿ ਡੀ ਜੇ 'ਤੇ ਗਾਣਾ ਚੱਲਦਾ ਸੁਣ ਲਿਆ, ਪਰ ਮੈਂ ਜਿਹੜਾ ਆਪਣੇ ਅੰਦਰ ਸੋਚਿਆ ਹੋਇਆ ਸੀਗਾ ਵੀ ਮੈਂ ਇੱਦਾਂ ਕੁਛ ਕਰਕੇ ਦਿਖਾਉਣਾ ਮਾਂ ਨੂੰ, ਆਪਣੇ ਪੇਰੈਂਟਸ ਨੂੰ ਆਹ ਖੁਸ਼ੀਆਂ ਦੇਣੀਆਂ, ਉਹ ਥੋੜ੍ਹਾ ਅਧੂਰੀਆਂ ਰਹਿ ਗਈਆਂ, ਕਿਉਂਕਿ ਮਾਂ ਬਾਪ ਬਹੁਤ ਮਤਲਬ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਪਾਰਟ ਨੇ। ਬਿਲਕੁਲ। ਜਿਹੜਾ ਕਦੇ ਵਾਪਸ ਨਹੀਂ ਆ ਸਕਦਾ, ਅਤੇ ਉਹਨਾਂ ਦੇ ਸੁਪਨੇ ਤੁਸੀਂ ਜਿਹੜੇ, ਬਿਲਕੁਲ, ਹਰ ਇੱਕ ਇਨਸਾਨ ਦੇ ਮਾਂ ਬਾਪ ਦੇ ਸੁਪਨੇ ਹੁੰਦੇ। ਬਿਲਕੁਲ। ਹੁਣ ਜਦੋਂ ਵੀ ਕੋਈ ਖੁਸ਼ੀ ਮਿਲਦੀ ਹੈ ਅਤੇ ਮੈਂ ਮਤਲਬ ਆਪਣੇ ਖਿਆਲਾਂ ਦੇ ਵਿੱਚ ਕਹਿ ਲਓ ਜਾਂ ਅੱਖਾਂ ਬੰਦ ਕਰਕੇ ਮੈਂ ਕਹਿਣਾ ਹੁੰਦਾ ਵੀ ਮਾਂ ਆਹ ਖੁਸ਼ੀ ਮਿਲੀ ਹੈ, ਮਿਸ ਕਰਦੇ ਹਾਂ ਹਰ ਓਕੇਜ਼ਨ ਤੇ। ਮਿਸ, ਬਿਲਕੁਲ 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 ਜੀ। ਅਤੇ ਆਪਾਂ ਭਾਈ ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਹਾਡੀ ਲਾਈਫ ਦੇ, ਜਿਵੇਂ ਤੁਸੀਂ ਇੰਨੀ ਦੇਰ ਤੋਂ ਸਿੰਗਿੰਗ ਲਾਈਨ ਦੇ ਵਿੱਚੋਂ, ਹੈ ਨਾ, ਕਿ ਕਿੰਨੀਆਂ ਸਟੇਜਿਸ ਵਗੈਰਾ ਲਗਾਈਆਂ ਸਾਰਾ ਕੁਛ, ਅਤੇ ਜਾਂ ਆਪਾਂ ਬਾਅਦ ਦੀ ਗੱਲ ਕਰ ਲਈਏ ਕਿ ਪਿੱਟਬੁੱਲ ਤੋਂ ਬਾਅਦ ਦੀ, ਜਾਂ ਆਪਾਂ ਪਹਿਲਾਂ ਦੀ ਗੱਲ ਕਰ ਲਈਏ, ਕਿ ਤੁਹਾਡੇ ਲਾਈਫ ਦੇ ਵਿੱਚ ਕੋਈ ਐਸੀ ਸਟੇਜ ਜਿਹੜੀ ਤੁਹਾਨੂੰ ਕਦੇ ਭੁੱਲਦੀ ਨਹੀਂ ਹੈਗੀ? ਵੈਸੇ ਤਾਂ ਚੱਲਦੀ ਜ਼ਿੰਦਗੀ ਦੇ ਵਿੱਚ ਹੈਪਨ ਹੁੰਦੇ ਰਹਿੰਦੇ ਨੇ, ਹੈ ਨਾ, ਪਰ ਇੱਕ ਮੈਨੂੰ ਇੰਸੀਡੈਂਟ ਯਾਦ ਰਹਿੰਦਾ, ਯਾਦ ਰਹੂਗਾ, ਕਿ ਜਿੱਦਾਂ ਆਪਾਂ ਕਹਿ ਦਿੰਦੇ ਵੀ ਚੰਗਾ ਗਾਓ, ਚੰਗਾ ਗਾਓ ਅਤੇ ਤੁਹਾਨੂੰ ਹੱਲਾਸ਼ੇਰੀ ਮਿਲੂ। ਇੱਦਾਂ ਮੈਂ ਕਹਿੰਦਾ ਵੀ ਸਿਰਫ ਹੱਲਾਸ਼ੇਰੀ ਤੋਂ ਬਿਨਾਂ ਕੁਛ ਨਹੀਂ ਮਿਲਦਾ ਗਾ। ਇੱਕ ਮੈਂ ਗੱਲ ਦੱਸਦਾ ਗਾ, ਸਾਡੇ ਕਾਲਜ ਹੈ, ਕਾਲਜ ਦੇ ਵਿੱਚ ਸਾਨੂੰ ਬੁਲਾਇਆ ਗਿਆ, ਅਤੇ ਉੱਥੇ ਮੇਰਾ ਇੱਕ ਗਾਣਾ ਸੀਗਾ ਅੱਜ ਉੱਠ ਕੇ ਭਗਤ ਸਿੰਘ ਬੋਲਦਾ, ਉਹ ਗਾਣੇ ਦੇ ਮੂਹਰੇ ਮੈਂ 2-4 ਲਾਈਨਾਂ ਬੋਲੀਆਂ ਕਿ ਯਾਰ ਆਪਾਂ ਨੂੰ ਖੁਦ ਨੂੰ ਸੋਚਣਾ ਪੈਣਾ ਕਿ ਆਪਾਂ ਕਿੱਦਾਂ ਦੀ ਸਰਕਾਰ ਚੁਣ ਕੇ ਅੱਗੇ ਲੈ ਕੇ ਆਉਣੀ ਹੈ, ਕਿ ਇਹ ਆਪਣੀ ਜ਼ਿੰਮੇਵਾਰੀ ਬਣਦੀ ਹੈਗੀ, ਕਿੱਦਾਂ ਦਾ ਨੁਮਾਇੰਦਾ ਚੁਣ ਕੇ ਆਪਾਂ ਅੱਗੇ ਭੇਜੀਏ। ਸੋ 2-4 ਗੱਲਾਂ ਮੈਂ ਹੋਰ ਕੁਛ ਬੋਲੀਆਂ, ਅਤੇ ਸਾਹਮਣੇ ਇੱਕ ਲੀਡਰ ਬੈਠਾ ਸੀਗਾ, ਮੈਂ ਗਾਣਾ ਸ਼ੁਰੂ ਕਰਤਾ, ਗਾਣਾ ਮੇਰਾ ਅੱਧ 'ਚੋਂ ਬੰਦ ਕਰਵਾ ਤਾ, ਅੱਧ 'ਚੋਂ ਬੰਦ ਕਰਾ ਕੇ ਮੁੜ ਕੇ ਮੈਨੂੰ ਗਾਉਣ ਨਹੀਂ ਦਿੱਤਾ ਗਿਆ। ਉਸ ਤੋਂ ਬਾਅਦ ਲਗਾਤਾਰ ਅੱਧਾ ਪੌਣਾ ਘੰਟਾ ਉਹ ਮੇਰੇ 'ਤੇ ਹੀ ਬੋਲੀ ਗਿਆ। ਅਸੀਂ ਸਿੰਗਰਾਂ ਨੂੰ ਐਂ ਕਰਦੇ ਹਾਂ, ਅਸੀਂ ਚੁੱਪ ਕਰਾਉਣਾ ਵੀ ਜਾਣਦੇ, ਅਸੀਂ ਐਂ ਕਰਦੇ ਵਾਂ ਕਰਦੇ। ਉੱਥੇ ਮੇਰਾ ਬਹੁਤ ਮਤਲਬ ਦਿਲ ਟੁੱਟਿਆ ਵੀ ਯਾਰ ਮੈਂ ਚੰਗਾ ਗਾਉਣਾ ਚਾਹੁੰਦਾ ਗਾ, ਮੈਂ ਲੋਕਾਂ ਅੱਗੇ ਚੰਗੀ ਗੱਲ ਰੱਖਣਾ ਚਾਹੁੰਦਾ ਗਾ, ਕੁਛ ਪੇਸ਼ ਕਰਨਾ ਚਾਹੁੰਦਾ ਗਾ, ਵੀ ਕੋਈ ਗਾਉਣ ਨਹੀਂ ਦੇ ਰਿਹਾ, ਉਹਨੂੰ ਦਬਾ ਲਿਆ ਜਾਂਦਾ ਗਾ।
ਭਾਈ ਹੁਣ ਆਪਾਂ ਗੱਲ ਕਰਦੇ ਹਾਂ ਨੈਕਸਟ ਫਰਦਰ ਪ੍ਰੋਜੈਕਟਸ ਬਾਰੇ, ਹੁਣ ਫਿਊਚਰ ਪ੍ਰੋਜੈਕਟਸ ਕੀ ਲੈ ਕੇ ਆ ਰਹੇ ਹੋ? ਫਿਊਚਰ ਪ੍ਰੋਜੈਕਟਸ ਕਾਫੀ ਲਾਈਨ ਅਪ ਨੇ, ਉਹਨਾਂ ਦੇ ਵਿੱਚੋਂ ਪਹਿਲਾ ਪ੍ਰੋਜੈਕਟ ਹੋਊਗਾ ਬਾਈ ਫਤਿਹ ਸ਼ੇਰਗਿੱਲ ਦਾ ਲਿਖਿਆ ਗੀਤ, ਟਰੱਕਾਂ 'ਤੇ ਹੈ ਅਤੇ ਗੁਰਲੇਜ਼ ਅਖਤਰ ਜੀ ਨੇ ਮੇਰੇ ਨਾਲ ਗਾਇਆ। ਇਹਦਾ ਜਿਹੜਾ ਵੀਡੀਓ ਫਿਲਮਾਂਕਣ ਆ ਉਹ ਅਮੈਰੀਕਾ ਦੇ ਵਿੱਚ ਹੋਇਆ, ਸਿੰਕ ਵਗੈਰਾ ਮੈਂ ਇੱਥੇ ਕੀਤੇ ਨੇ, ਸੋ ਬਹੁਤ ਜਲਦ ਉਹ ਲੈ ਕੇ ਆ ਰਹੇ ਹਾਂ। ਕਿਆ ਬਾਤ ਹੈ ਜੀ, ਬਹੁਤ ਵਧੀਆ। ਅਤੇ ਹੋਪ ਤੁਹਾਡੇ ਜਿਹੜੇ ਹੁਣ ਤੱਕ ਜਿੰਨੇ ਵੀ ਗਾਣੇ ਆਏ ਲੋਕਾਂ ਨੇ ਪਿਆਰ ਦਿੱਤਾ, ਅਤੇ ਹੁਣ ਨੈਕਸਟ ਜਿਹੜੇ ਪ੍ਰੋਜੈਕਟ ਆਉਣਗੇ ਉਹ ਵੀ ਸੁਪਰ ਡੁਪਰ ਹਿੱਟ ਹੋਣ। ਸਾਡੇ ਵੱਲੋਂ ਤਾਂ ਇਹੀ ਤੁਹਾਡੇ ਵੱਲ ਮਤਲਬ ਕਿ ਬੈਸਟ ਵਿਸ਼ਿਸ਼ ਨੇ ਸਾਡੇ ਵੱਲੋਂ। ਅਤੇ ਹੁਣ ਜਾਂਦੇ ਜਾਂਦੇ ਇੱਕ ਗਾਣਾ ਹੋਰ ਹੋ ਜੇ ਜੀ, ਜੋ ਜਿਹੜਾ ਵੀ ਤੁਹਾਡੇ ਪਸੰਦ ਦਾ ਹੈਗਾ। ਜੀ ਜੀ, ਮੇਰੇ ਪਸੰਦੀਦਾ ਗਾਣਾ ਜੀ ਪਿੱਛੇ ਜਸ ਰਿਕਾਰਡ ਨੇ ਰਿਲੀਜ਼ ਕੀਤਾ ਸੀ ਲੋਹੜੀ 'ਤੇ ਜੀ, ਲੋਕ ਤੱਥ ਗਾਣਾ ਗਾ 96 ਗੱਲਾਂ, ਮੈਂ ਉਹ ਜ਼ਰੂਰ ਗੁਣਗੁਣਾਉਣਾ ਚਾਹੁੰਦਾ ਸੀ। ਲੀਡਰ ਗੱਪ ਤੇ ਜੋਗੀ ਸੱਪ ਤੇ ਮਹਿਫਲ ਖੱਪ ਬਿਨਾ ਨਾ ਫੱਬੇ, ਉਹ ਸਿੰਘ ਦਸਤਾਰ ਵੇ ਆਹੀ ਨਾਰ ਓਏ ਕਦੇ ਸ਼ਿੰਗਾਰ ਬਿਨਾ ਨਾ ਸਜੇ, ਪੱਗ ਨੂੰ ਦਾਗ ਲੱਜ ਨੂੰ ਲਾਜ ਨਸ਼ੇ ਤੇ ਔਲਾਦ ਕਦੇ ਨਾ ਲੱਗੇ, ਉਹ ਜੈਸੀ ਕਰਨੀ ਉਹ ਵੈਸੀ ਭਰਨੀ ਪੈਂਦੀ ਹੈ ਮਰਨੀ ਆਉਂਦੀ ਆ ਅੱਗੇ, ਪੁੱਤ ਬਿਣ ਮਾਵਾ ਨੰਦ ਬਿਣ ਲਾਵਾਂ ਬੋੜ ਬਿਣ ਛਾਵਾਂ ਕਦੇ ਨਾ ਸੌਂਦੇ, ਉਹ ਦਿਨ ਤੇ ਰਾਤ ਮੌਤ ਤੇ ਗਾਹਕ ਤੇ ਬੁਰੇ ਹਾਲਾਤ ਪੁੱਛੇ ਬਿਣ ਆਉਂਦੇ, ਉਹ ਗਿੱਲ ਬਿਣ ਕੇਲਾ ਗੁਰੂ ਬਿਣ ਚੇਲਾ ਭੀੜ ਬਿਣ ਮੇਲਾ ਕਦੇ ਨਾ ਪਾਉਂਦੇ, ਉਹ ਦਿਲ ਦੀ ਗੱਲ ਤੇ ਆਉਂਦਾ ਕੱਲ ਤੇ ਖੂਹ ਦਾ ਤਲ ਨਜ਼ਰ ਨਾ ਆਉਂਦੇ, ਨਜ਼ਰ ਨਾ ਆਉਂਦੇ। ਥੈਂਕ ਯੂ ਸਰ ਜੀ, ਬਹੁਤ ਵਧੀਆ, ਬਹੁਤ ਸੋਹਣਾ ਤੁਸੀਂ। 96 ਗੱਲਾਂ ਜੀ, ਇਹ ਮੈਂ ਪਹਿਲਾਂ ਟਾਈਟਲ ਵੀ ਦੱਸਦਾ, 96 ਗੱਲਾਂ ਟਾਈਟਲ ਸੀਗਾ ਇਸ ਗਾਣੇ ਦਾ, ਹੈਨਾ, ਤੇ ਆਡੀਅੰਸ ਸਰਚ ਕਰੇ ਤੇ ਗਾਣਾ ਬਹੁਤ ਸੋਹਣਾ ਸੀਗਾ, ਇਹ ਲੋਕ ਤੱਥ ਟਾਈਪ, ਬਹੁਤ ਸੋਹਣੀਆਂ ਗੱਲਾਂ ਇਹਦੇ ਵਿੱਚ ਭਾਜੀ ਤੁਸੀਂ ਦੱਸੀਆਂ ਹੋਈਆਂ ਸੀ ਜੀ। ਥੈਂਕ ਯੂ, ਸੋ ਥੈਂਕ ਯੂ ਸੋ ਮਚ, ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ। ਥੈਂਕ ਯੂ, ਸੋ ਇਸੇ ਤਰ੍ਹਾਂ ਜੀ ਸਤਰੰਗ ਸੈਲੀਬ੍ਰਿਟੀ ਵੀ ਤੁਹਾਨੂੰ ਨਵੀਂ ਨਵੀਂ ਸੈਲੀਬ੍ਰਿਟੀਜ਼ ਦੇ ਰੂਬਰੂ ਕਰਵਾਉਂਦੇ ਰਹਾਂਗੇ ਜੀ, ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ, ਤਦ ਤੱਕ ਦੇ ਸਾਨੂੰ ਆ ਗਿਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੱਤ ਢਿੱਲੋਂ, ਉਮੀਦ ਕਰਦੇ ਹਾਂ ਤੁਸੀਂ ਅੱਜ ਦੀ ਸਾਡੀ ਇਸ ਮੁਲਾਕਾਤ ਨੂੰ ਪਸੰਦ ਕੀਤਾ ਹੋਵੇਗਾ। ਸੋ ਜਿਨ੍ਹਾਂ ਨੇ ਚੈਨਲ ਸਤਰੰਗ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਨਵੇਂ ਨਵੇਂ ਅਪਡੇਟਸ ਮਿਲਦੇ ਰਹਿਣ। ਥੈਂਕ ਯੂ ਜੀ।